ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਪ੍ਰੈਪੋਜੀਸ਼ਨਸ ਆਫ ਪਲੇਸ। ਪਿਛਲੀ ਵੀਡੀਓ 'ਚ ਆਪਾਂ ਟਾਈਮ ਵਾਲੀਆਂ ਪ੍ਰੈਪੋਜੀਸ਼ਨਸ ਕਰੀਆਂ ਸੀ, ਐਤਕੀ ਆਪਾਂ ਪਲੇਸ ਵਾਲੀਆਂ ਕਰਾਂਗੇ। ਜਿਵੇਂ ਕਿ ਪਲੇਸ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਵੀ ਜਿਹੜੀਆਂ ਪ੍ਰੈਪੋਜੀਸ਼ਨਸ ਸਾਨੂੰ ਜਗ੍ਹਾ ਲੋਕੇਸ਼ਨ ਜਾਂ ਪੁਜੀਸ਼ਨ ਦੱਸਣ ਉਹ ਪ੍ਰੈਪੋਜੀਸ਼ਨਸ ਆਫ ਪਲੇਸ ਹੁੰਦੀਆਂ ਨੇ। ਉਹ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਉਹ ਅਸੀਂ ਇੱਥੇ ਲਿਖੀਆਂ ਹੋਈਆਂ ਨੇ। ਇਨ, ਔਨ, ਐਟ, ਨੈਕਸਟ ਟੂ, ਬਿਸਾਈਡ, ਨੀਅਰ, ਬਿਟਵੀਨ, ਬਿਹਾਈਂਡ, ਇਨ ਫਰੰਟ ਆਫ, ਅੰਡਰ, ਬਿਲੋ, ਓਵਰ, ਇਨ ਟੂ, ਔਨ ਟੂ, ਟੁਵਾਰਡਸ, ਫਰੋਮ, ਅਬਵ, ਅਕਰੋਸ, ਇਹ ਸਾਰੀਆਂ ਸਾਡੇ ਕੋਲ ਪ੍ਰੈਪੋਜੀਸ਼ਨਸ ਆਫ ਪਲੇਸ ਨੇ। ਇਹਨਾਂ ਸਾਰੀਆਂ ਦੇ ਵਿੱਚ ਜਿਹੜੀਆਂ ਮੇਨ ਨੇ ਪਲੇਸ ਦੀਆਂ ਪ੍ਰੈਪੋਜੀਸ਼ਨਸ ਉਹ ਨੇ ਔਨ, ਇਨ ਅਤੇ ਐਟ। ਜਿਨ੍ਹਾਂ ਤਿੰਨਾਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ, ਬਾਕੀ ਤਾਂ ਸਾਰੀਆਂ ਕਲੀਅਰ ਹੀ ਹੁੰਦੀਆਂ ਨੇ ਕਿ ਆਪਾਂ ਕਿਹੜੀ ਕਿੱਥੇ ਯੂਜ਼ ਕਰਨੀ ਹੈ। ਅੱਜ ਆਪਾਂ ਇਹ ਤਿੰਨੇ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਔਨ। ਔਨ ਪਹਿਲਾਂ ਤਾਂ ਸਾਡੇ ਕੋਲ ਉੱਥੇ ਯੂਜ਼ ਹੁੰਦਾ ਜਿੱਥੇ ਅਸੀਂ ਪੁਜੀਸ਼ਨ ਦੱਸਣੀ ਹੋਵੇ, ਮਤਲਬ ਜਿਹੜੀ ਚੀਜ਼ ਜਦੋਂ ਕਿਸੇ ਚੀਜ਼ ਦੇ ਉੱਤੇ ਪਈ ਹੋਵੇ, ਜਿਵੇਂ ਬੁੱਕ ਟੇਬਲ ਦੇ ਉੱਤੇ ਪਈ ਆ, ਆਪਾਂ ਕਹਿ ਦਿੰਦੇ ਔਨ ਟੇਬਲ। ਜਾਂ ਕੋਈ ਵੀ ਹੋਰ ਇਹੋ ਜਿਹੀ ਕੋਈ ਵੀ ਆਪਾਂ ਪੁਜੀਸ਼ਨ ਜਦੋਂ ਦੱਸਣੀ ਆ, ਕੋਈ ਚੀਜ਼ ਜਦੋਂ ਦੂਜੀ ਚੀਜ਼ ਦੇ ਸਰਫੇਸ ਦੇ ਉੱਤੇ ਪਈ ਹੁੰਦੀ ਹੈ, ਜਦੋਂ ਅਸੀਂ ਉਹ ਪੁਜੀਸ਼ਨ ਦੱਸਣੀ ਆ ਵੀ ਇਹ ਚੀਜ਼ ਉਹ ਚੀਜ਼ ਦੇ ਉੱਤੇ ਪਈ ਹੈ, ਤਾਂ ਉੱਥੇ ਅਸੀਂ ਔਨ ਯੂਜ਼ ਕਰਾਂਗੇ। ਅਗਲਾ ਔਨ ਆਪਾਂ ਯੂਜ਼ ਕਰਾਂਗੇ ਜਦੋਂ ਅਸੀਂ ਫਲੋਰ ਦੱਸਣਾ ਹੋਵੇ ਵੀ ਆਈ ਐਮ ਲਿਵਿੰਗ ਔਨ 12th ਫਲੋਰ, ਆਏ ਆਪਾਂ ਕੋਈ ਵੀ ਫਲੋਰ ਕਹਿ ਸਕਦੇ ਹਾਂ, ਠੀਕ ਹੈ ਜੀ, ਜਦੋਂ ਆਪਾਂ ਦੱਸਦੇ ਹਾਂ। ਅਗਲਾ ਔਨ ਆਪਾਂ ਯੂਜ਼ ਕਰਦੇ ਹਾਂ ਜਦੋਂ ਅਸੀਂ ਰੇਡੀਓ, ਟੀ ਵੀ ਜਾਂ ਮੋਬਾਈਲ ਦੀ ਗੱਲ ਕਰੀਏ। ਆਪਾਂ ਕਹਿੰਦੇ ਹਾਂ ਔਨ ਮੋਬਾਈਲ, ਔਨ ਟੈਲੀਵਿਜ਼ਨ, ਔਨ ਰੇਡੀਓ, ਇਹਨਾਂ ਸਾਰਿਆਂ ਦੇ ਨਾਲ ਵੀ ਔਨ ਯੂਜ਼ ਹੁੰਦਾ, ਇਨ ਜਾਂ ਐਟ ਨਹੀਂ ਯੂਜ਼ ਹੁੰਦਾ, ਇਹ ਇੱਕ ਕਨਫਿਊਜ਼ਨ ਹੈ। ਔਨ ਯੂਜ਼ ਕਰਨਾ ਇਹਨਾਂ ਨਾਲ ਵੀ। ਅੱਗੇ ਜਦੋਂ ਆਪਾਂ ਰੋਡ ਜਾਂ ਹਾਈਵੇ ਦੀ ਗੱਲ ਕਰੀਏ ਤਾਂ ਉੱਥੇ ਵੀ ਆਪਾਂ ਔਨ ਹੀ ਯੂਜ਼ ਕਰਦੇ ਹਾਂ, ਆਪਾਂ ਗੱਲ ਨਹੀਂ ਕਰਦੇ ਹੁੰਦੇ ਡਰਾਈਵਿੰਗ ਔਨ ਨੈਸ਼ਨਲ ਹਾਈਵੇ, ਔਨ ਨੈਸ਼ਨਲ ਹਾਈਵੇ 7, ਔਨ ਰੋਡ, ਇਹ ਸਾਰੀਆਂ ਥਾਵਾਂ 'ਤੇ ਆਪਾਂ ਔਨ ਯੂਜ਼ ਕਰਨਾ। ਕਲੀਅਰ ਹੋ ਗਿਆ ਵੀ ਔਨ ਕਿੱਥੇ ਕਿੱਥੇ ਯੂਜ਼ ਹੋਊਗਾ? ਸਿੱਧਾ ਜਿਹਾ ਫੰਡਾ ਹੈਗਾ, ਕੋਈ ਵੱਡੀ ਲੰਬੀ ਚੌੜੀ ਗੱਲ ਤਾਂ ਹੈ ਨਹੀਂ, ਠੀਕ ਹੈ। ਅੱਗੇ ਸਾਡੇ ਕੋਲ ਇਨ ਆ ਗਿਆ। ਇਨ ਪਹਿਲਾਂ ਤਾਂ ਆਪਾਂ ਪੁਜੀਸ਼ਨ ਵਾਸਤੇ ਯੂਜ਼ ਕਰਾਂਗੇ, ਜਦੋਂ ਆਪਾਂ ਦੱਸਣਾ ਹੋਵੇ ਵੀ ਕੋਈ ਚੀਜ਼ ਕਿਸੇ ਦੂਜੀ ਚੀਜ਼ ਦੇ ਵਿੱਚ ਪਈ ਆ, ਜਿਵੇਂ ਪੇਪਰ ਇਜ਼ ਇਨ ਦਾ ਡਸਟਬਿਨ, ਡਸਟਬਿਨ ਦੇ ਵਿੱਚ ਆ ਪੇਪਰ, ਜਾਂ ਹੋਰ ਕੋਈ ਚੀਜ਼, ਸਿਟਿੰਗ ਇਨ ਰੂਮ, ਕਮਰੇ ਦੇ ਵਿੱਚ ਬੈਠਾ, ਪੁਜੀਸ਼ਨ ਆ ਨਾ ਉਹਦੀ ਕਿ ਕਮਰੇ ਦੇ ਅੰਦਰ ਆ ਪੁਜੀਸ਼ਨ, ਉੱਥੇ ਆਪਾਂ ਇਨ ਯੂਜ਼ ਕਰਤਾ। ਅਗਲਾ ਇਨ ਆ ਜਿਹੜਾ ਉਹ ਸਿਟੀ, ਸਟੇਟ ਅਤੇ ਕੰਟਰੀ, ਜਦੋਂ ਅਸੀਂ ਇਹਨਾਂ ਤਿੰਨਾਂ ਦੀ ਗੱਲ ਕਰੀਏ ਉੱਥੇ ਇਨ ਯੂਜ਼ ਹੁੰਦਾ ਹਮੇਸ਼ਾ, ਔਨ ਜਾਂ ਐਟ ਨਹੀਂ ਯੂਜ਼ ਕਰਨਾ, ਜਿਵੇਂ ਇਨ ਇੰਡੀਆ, ਇਨ ਪੰਜਾਬ, ਇਨ ਚੰਡੀਗੜ੍ਹ, ਠੀਕ ਹੈ ਜੀ। ਸਿਟੀ ਦਾ ਨਾਮ ਆ ਗਿਆ, ਸਟੇਟ ਦਾ ਆ ਗਿਆ, ਕੰਟਰੀ ਦਾ ਆ ਗਿਆ, ਤਾਂ ਆਪਾਂ ਇਨ ਹੀ ਯੂਜ਼ ਕਰਨਾ, ਕਨਫਿਊਜ਼ ਨਹੀਂ ਹੋਣਾ, ਨਾ ਐਟ ਆਊ ਨਾ ਔਨ ਆਊ, ਇਨ ਆਊਗਾ, ਠੀਕ ਹੈ ਜੀ। ਹੁਣ ਅੱਗੇ ਆ ਗਿਆ ਐਟ ਦਾ ਯੂਜ਼। ਐਟ ਸਭ ਤੋਂ ਪਹਿਲਾਂ ਜਿਵੇਂ ਇਹ ਪੁਜੀਸ਼ਨ ਵਾਸਤੇ ਯੂਜ਼ ਹੁੰਦਾ ਸੀ, ਐਟ ਸਭ ਤੋਂ ਪਹਿਲਾਂ ਸਪੈਸੀਫਿਕ ਲੋਕੇਸ਼ਨ ਵਾਸਤੇ ਯੂਜ਼ ਹੁੰਦਾ। ਜਦੋਂ ਆਪਾਂ ਇੱਕ ਪੁਆਇੰਟ, ਸਪੈਸੀਫਿਕ ਲੋਕੇਸ਼ਨ ਦੱਸਣੀ ਹੋਵੇ ਕਿਸੇ ਬੰਦੇ ਨੂੰ, ਉੱਥੇ ਆਪਾਂ ਐਟ ਯੂਜ਼ ਕਰਾਂਗੇ। ਜਿਵੇਂ ਆਪਾਂ ਗੱਲ ਕਰ ਦਿੰਦੇ ਹਾਂ ਐਟ ਹੋਮ, ਐਟ ਯੂਨੀਵਰਸਿਟੀ, ਐਟ ਕੰਪਨੀ, ਕੁਛ ਵੀ ਆਪਾਂ ਕਿਸੇ ਸਾਹਮਣੇ ਵਾਲੇ ਨੂੰ ਜਾਂ ਰੀਡਰ ਨੂੰ ਪਰਟੀਕੁਲਰ ਲੋਕੇਸ਼ਨ ਦੱਸ ਰਹੇ ਹਾਂ ਵੀ ਉਹ ਲੋਕੇਸ਼ਨ, ਠੀਕ ਹੈ ਜੀ, ਤਾਂ ਉੱਥੇ ਆਪਾਂ ਐਟ ਯੂਜ਼ ਕਰਾਂਗੇ। ਅੱਗੇ ਜਦੋਂ ਆਪਾਂ ਕੋਈ ਐਡਰੈਸ ਲਿਖਿਆ ਹੋਵੇ ਤਾਂ ਉੱਥੇ ਵੀ ਆਪਾਂ ਐਟ ਲਾਉਂਦੇ ਹਾਂ। ਉਸ ਤੋਂ ਬਾਅਦ ਜਦੋਂ ਈਵੈਂਟਸ ਆ ਜਾਂਦੇ ਨੇ, ਜਿਵੇਂ ਪਾਰਟੀ, ਕੰਸਰਟ, ਐਟ ਪਾਰਟੀ, ਤਾਂ ਉੱਥੇ ਵੀ ਆਪਾਂ ਐਟ ਯੂਜ਼ ਕਰਦੇ ਹਾਂ। ਜੇਕਰ ਤੁਹਾਨੂੰ ਫਿਰ ਵੀ ਕੋਈ ਕਨਫਿਊਜ਼ਨ ਹੈ ਜਾਂ ਪ੍ਰੋਬਲਮ ਹੈ, ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ, ਅਸੀਂ ਉਹਦਾ ਜਲਦੀ ਤੁਹਾਨੂੰ ਉੱਤਰ ਦੇਵਾਂਗੇ। ਇੱਕ ਤੁਹਾਡੀ ਐਕਸਰਸਾਈਜ਼ ਲਈ ਦੁਬਾਰਾ ਫਿਰ ਆਪਾਂ ਲਾਸਟ 'ਤੇ 5 ਕੁਐਸਚਨਸ ਤੁਹਾਨੂੰ ਦੇ ਰਹੇ ਹਾਂ, ਜਿਨ੍ਹਾਂ ਦੇ ਵਿੱਚ ਤੁਸੀਂ ਔਨ, ਇਨ ਅਤੇ ਐਟ ਯੂਜ਼ ਕਰਨਾ, ਆਪਣੇ ਆਨਸਰ ਜ਼ਰੂਰ ਕਮੈਂਟ ਕਰਿਓ ਅਤੇ ਅਸੀਂ ਤੁਹਾਨੂੰ ਰਿਪਲਾਈ ਕਰਕੇ ਜ਼ਰੂਰ ਦੱਸਾਂਗੇ ਵੀ ਤੁਹਾਡੇ ਕਿੰਨੇ ਆਨਸਰਸ ਠੀਕ ਨੇ। ਉਮੀਦ ਕਰਦੇ ਹਾਂ ਕਿ ਪ੍ਰੈਪੋਜੀਸ਼ਨਸ ਆਫ ਪਲੇਸ ਵਾਲਾ ਕੰਸੈਪਟ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਔਨ, ਇਨ ਅਤੇ ਐਟ ਜਿਹੜੀਆਂ ਮੇਨ ਪ੍ਰੈਪੋਜੀਸ਼ਨਸ ਨੇ, ਜਿਹੜੀਆਂ ਆਪਾਂ ਟਾਈਮ ਵਾਲੇ 'ਚ ਵੀ ਯੂਜ਼ ਕਰੀਆਂ ਸੀ, ਪਰ ਇਹ ਪਲੇਸ 'ਤੇ ਕਿਸ ਤਰ੍ਹਾਂ ਯੂਜ਼ ਹੁੰਦੀਆਂ ਨੇ ਉਹ ਅੱਜ ਆਪਾਂ ਕਰੀਆਂ ਨੇ। ਇਹ ਕੰਸੈਪਟ ਆ ਜਿਹੜਾ, ਉਮੀਦ ਆ ਕਿ ਤੁਹਾਨੂੰ ਪੂਰੀ ਤਰ੍ਹਾਂ ਹੁਣ ਕਲੀਅਰ ਹੋ ਗਿਆ ਹੋਊਗਾ। ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।